ਨਾ ਸਕੇ। ਆ ਇੱਕ ਸਿਗਰਟ ਤੇ ਦੇ ਯਾਰ। ਓਏ ਚੁੱਪ। ਭਾਈ ਜੀ ਸਫ਼ਰ ਬਹੁਤ ਦੂਰ ਦਾ, ਤੁਹਾਡੀ ਮਿਹਰਬਾਨੀ, ਮੈਂ ਤੇ ਇਹਦਾ ਬੋਰ ਹੋ ਜਾਵਾਂਗਾ, ਮੇਰੇ ਨਾਲ ਕੋਈ ਗੱਲਬਾਤ ਕਰੋ। ਜੇ ਮੈਂ ਆਰਾਮ ਨਾਲ ਤੁਹਾਡੇ ਕਾਬੂ ਆ ਗਿਆ ਤੇ ਇਹ ਮਤਲਬ ਨਹੀਂ ਤੁਸੀਂ ਮੇਰੇ ਨਾਲ ਬੇਰੁਖੀ ਵਰਤੋ। ਓਏ ਬਕਵਾਸ ਬੰਦ ਕਰ। ਚੁੱਪ। ਓਏ ਮੈਂ ਤੈਨੂੰ ਨਹੀਂ ਬੁਲਾਇਆ, ਤੂੰ ਆਰਾਮ ਨਾਲ ਧੱਕਾ ਲਾਈ ਜਾ। ਐਵੇਂ ਮੇਰਾ ਦਿਮਾਗ ਨਾ ਖਰਾਬ ਕਰੀ, ਮਿੰਟੋ ਪਹਿਲੇ ਮੇਰਾ ਮੀਟਰ ਫਿਰ ਜਾਂਦਾ। ਸਾਲ ਇੱਕ ਮਿੰਟ ਰੋਕੀ, ਮੈਂ ਥੱਕ ਗਿਆ। ਥੱਕ ਗਿਆ ਤੇ ਮੈਂ ਕੀ ਕਰਾਂ ਫਿਰ, ਮੈਂ ਨਹੀਂ ਖਿੱਚ ਰਿਹਾ। ਸਾਲ ਜੇ ਤੂੰ ਗੁੱਸਾ ਨਾ ਕਰੇ ਤੇ ਮੈਂ ਵੀ ਵਿੱਚ ਵਾਲ ਕੇ ਤੇ ਨਾਲ ਬਹਿ ਜਾਵਾਂ। ਉਹ ਕਿਉਂ, ਪਹਿਲੇ ਮੈਂ ਬਹਿਣਾ, ਤੂੰ ਤਾਂ ਕਲਾ ਹੀ, ਫਿਰ ਤੂੰ ਬਈ ਮੈਂ ਲਾਊਂਗਾ। ਓਏ ਮੈਂ ਨਹੀਂ ਬਾਉਣਾ ਹੈ, ਤੇ ਜੇ ਬਹਿਣਾ ਤੇ ਮੈਨੂੰ ਰਕਸ਼ਾ ਕਰਾ ਦੇ, ਨਹੀਂ ਤਾਂ ਮੈਨੂੰ ਡਰੈਸ ਸਮਝਾ ਦਿਓ, ਮੈਂ ਆਪ ਹੀ ਉੱਥੇ ਪਹੁੰਚ ਜਾਵਾਂਗਾ। ਪਰ ਮੈਂ ਆਪਣੇ ਨਾਲ ਕਿਸੇ ਵੀ ਕੁੱਤੇ ਵੇਲੇ ਨੂੰ ਨਹੀਂ ਪਾਉਣਾ। ਉਹ ਚੁੱਪ ਕਰ ਦੋ। ਲੈ ਵੀ ਤੈਨੂੰ ਆਫਰ ਹੀ, ਜੇ ਤੂੰ ਚਾਹੁੰਦਾ ਨਾ ਕਿ ਅਸੀਂ ਤੈਨੂੰ ਆਜ਼ਾਦ ਕਰ ਦਈਏ ਤੇ ਤੂੰ ਸਾਨੂੰ ਕੋਈ 12-14 ਕਿਲੋ ਦਾ ਭਾਰੂ ਫੜਵਾ ਦੇ, ਅਸੀਂ ਤੈਨੂੰ ਛੱਡ ਦਿਆਂਗੇ। ਕਿਉਂ ਮੈਂ ਇਹਨੂੰ ਹੀ ਲੈ ਕੇ ਜਾਣਾ ਵਾ। ਇਹਦੀ ਸ਼ਕਲ ਕੀ ਤੇਰੇ ਪਿਓ ਦੇ ਨਾਲ ਮਿਲਦੀ ਹੈ?